ਾਰੇ ਦਰਸ਼ਕਾਂ ਦਾ ਇਸ ਖਾਸ ਪੇਸ਼ਕਸ਼ ਵਿੱਚ ਬਹੁਤ-ਬਹੁਤ ਸਵਾਗਤ ਹੈ ਦੋਸਤੋ ਹਮੇਸ਼ਾ ਹੀ ਅਸੀਂ ਤੁਹਾਡੇ ਨਾਲ ਬਹੁਤ ਹੀ ਖਾਸ ਸ਼ਖਸੀਅਤਾਂ ਨੂੰ ਰੂਬਰੂ ਕਰਾਉਂਦੇ ਰਹਿੰਨੇ ਆ ਪੰਜਾਬ ਦੀ ਖੇਡ ਨੀਤੀ ਕੀ ਹੈਗੀ ਕਿਸ ਤਰ੍ਹਾਂ ਖੇਡਾਂ ਦਾ ਕੀ ਸਤਰ ਹੈਗਾ ਪੂਰੇ ਦੇਸ਼ ਵਿੱਚ ਖੇਡਾਂ ਨੂੰ ਕਿਸ ਤਰੀਕੇ ਨਾਲ ਪ੍ਰਮੋਟ ਪ੍ਰਸਾਰ ਜਿਹੜਾ ਕੀਤਾ ਜਾ ਰਿਹਾ ਸੋ ਇਹਦੇ ਵਾਸਤੇ ਖੇਡ ਭਾਰਤੀ ਬਹੁਤ ਅਹਿਮ ਸੰਸਥਾ ਜਿਹੜੀ ਹੈ ਇਸ ਵੇਲੇ ਅਗਰ ਗੱਲ ਕਰੀਏ ਨੈਸ਼ਨਲ ਲੈਵਲ ਉੱਤੇ ਕੰਮ ਕਰ ਰਹੀ ਸੋ ਉਹਦੇ ਪੰਜਾਬ ਦੇ ਅਧਿਕਾਰੀ ਅਰਬਿੰਦ ਸਿੰਘ ਰਾਣਾ ਜੀ ਦੇ ਨਾਲ ਅਸੀਂ ਗੱਲਬਾਤ ਕਰਾਂਗੇ ਉਹਨਾਂ ਦੇ ਕੋਲੋਂ ਜਾਣਦੇ ਹਾਂ ਕਿ ਖੇਡ ਭਾਰਤੀ ਜਿਹੜੀ ਕਿਸ ਤਰੀਕੇ ਨਾਲ ਕੰਮ ਕਰ ਰਹੀ ਹੈ ਔਰ ਖੇਡਾਂ ਨੂੰ ਕਿਸ ਤਰੀਕੇ ਨਾਲ ਪ੍ਰਮੋਟ ਕੀਤਾ ਜਾ ਰਿਹਾ ਔਰ ਪੂਰੇ ਭਾਰਤ ਵਿੱਚ ਔਰ ਪੰਜਾਬ ਦੇ ਵਿੱਚ ਖੇਡਾਂ ਦੀ ਕੀ ਸਥਿਤੀ ਹੈ ਸਰ ਬਹੁਤ-ਬਹੁਤ ਸਵਾਗਤ ਹੈ ਸਰ ਤੁਹਾਡਾ ਸਭ ਤੋਂ ਪਹਿਲਾਂ ਤਾਂ ਸਾਡੇ ਦਰਸ਼ਕਾਂ ਨੂੰ ਓਵਰਆਲ ਅਗਰ ਗੱਲ ਕਰੀਏ ਭਾਰਤ ਦੇ ਵਿੱਚ ਪੰਜਾਬ ਦੇ ਵਿੱਚ ਖੇਡਾਂ ਦਾ ਸਤਰ ਖੇਡਾਂ ਦੀ ਨੀਤੀ ਨੂੰ ਲੈ ਕੇ ਜਾਂ ਖੇਡਾਂ ਦਾ ਜਿਹੜਾ ਇਸ ਵੇਲੇ ਦਾ ਸਟੇਟਸ ਹੈਗਾ ਇਸ ਨੂੰ ਤੁਸੀਂ ਕਿੱਦਾਂ ਦੇਖਦੇ ਹੋ ਜੀ ਪੰਜਾਬ ਅਗਰ ਅਸੀਂ ਦੇਖੀਏ ਤਾਂ ਪੰਜਾਬ ਹਮੇਸ਼ਾ ਤੋਂ ਇੱਕ ਖੇਡ ਪ੍ਰੇਮੀ ਰਾਜ ਰਿਹਾ ਹੈਗਾ ਆ ਹਮੇਸ਼ਾ ਅਸੀਂ ਖੇਡ ਦੇ ਵਿੱਚ ਅੱਗੇ ਰਹੇ ਆ ਚਾਹੇ ਹਾਕੀ ਹੈ ਕਬੱਡੀ ਹੈ ਕੁਸ਼ਤੀ ਹੈ ਹਰ ਤਰ੍ਹਾਂ ਦੀ ਗੇਮ ਜਿਹੜੀ ਹੈ ਸਾਡੇ ਇੱਥੋਂ ਚੱਲਦੀ ਰਹੀ ਹੈ ਹੁਣ ਧਿਆਨ ਚਨ ਜੀ ਹੈਗੇ ਆ ਹਾਕੀ ਦੇ ਜਾਦੂਗਰ ਹੈਗੇ ਆ ਸਾਰੇ ਪੰਜਾਬ ਤੋਂ ਨਿਕਲੇ ਆ ਮਿਲਖਾ ਸਿੰਘ ਜੀ ਹੈਗੇ ਨੇ ਅੱਜ ਦੀ ਡੇਟ ਦੇ ਵਿੱਚ ਇੱਥੋਂ ਕੋਈ ਨਹੀਂ ਨਿਕਲਦਾ ਇਹ ਕਾਰਨ ਸਭ ਤੋਂ ਵੱਡਾ ਇੱਕ ਜਿਹੜਾ ਦੇਖਣ ਨੂੰ ਆਉਂਦਾ ਹੈਗਾ ਉਹ ਹੈਗਾ ਕਿ ਜਿਹੜੇ ਨਸ਼ੇਵਤ ਦੇ ਪਏ ਆ। ਆਇਕਲ ਬੱਚੇ ਜਾਂ ਤਾਂ ਉੱਧਾ ਹੀ ਦੇਸ਼ ਤੋਂ ਬਾਹਰ ਜਾ ਰਹੇ ਆ ਜਾਂ ਨਸ਼ਿਆਂ ਵੱਲ ਜਾ ਰਹੇ ਆ, ਖੇਡਾਂ ਵੱਲ ਕੋਈ ਵੀ ਨਹੀਂ ਆ ਰਿਹਾ। ਆ ਇੱਕ ਮੇਜਰ ਰੀਜ਼ਨ ਹੈਗਾ ਜਿਹੜਾ ਸਾਨੂੰ ਲੱਗ ਰਿਹਾ ਤੇ ਅਸੀਂ ਇਹਦੇ ਤੇ ਕੰਮ ਕਰ ਰਹੇ ਆ ਤਾਂਕਿ ਪੰਜਾਬ ਨੂੰ ਵਾਪਸ ਖੇਡਾਂ ਵੱਲ ਨੂੰ ਲੈ ਕੇ ਆਈਏ ਜੀ। ਪੰਜਾਬ ਨੂੰ ਖੇਡਾਂ ਵੱਲ ਦੁਬਾਰਾ ਲਿਆਉਣਾ ਇੱਕ ਬਹੁਤ ਵੱਡਾ ਚੈਲੰਜ ਵੀ ਹੈ ਔਰ ਕਿਤਨੇ-ਕਿਤੇ ਅਸੀਂ ਟੁੱਟ ਗਏ ਆਂ ਗੇ ਮਾਦੇ ਨਾਲੋਂ। ਖੇਡ ਭਾਰਤੀ ਦੀ ਭੂਮਿਕਾ ਇਹਦੇ ਵਿੱਚ ਤੁਸੀਂ ਕਿੱਦਾਂ ਦੇਖਦੇ ਹੋ ਔਰ ਓਵਰਆਲ ਖੇਡ ਭਾਰਤੀ ਬਾਰੇ ਸਾਡੇ ਦਰਸ਼ਕਾਂ ਨੂੰ ਥੋੜਾ ਜਿਹਾ ਵਿਸਤਾਰ ਨਾਲ ਦੱਸ ਜੀ ਖੇਡ ਭਾਰਤੀ ਜਿਹੜੀ ਹੈਗੀ ਹੈ 1992 ਦੇ ਵਿੱਚ ਇੱਕ ਪੂਨੇ ਦੇ ਵਿੱਚ ਸਟਾਰਟ ਕੀਤੀ ਗਈ ਸੰਸਥਾ ਹੈ ਤੇ ਇਹਦਾ ਮੇਨ ਜਿਹੜਾ ਮੋਟਿਵ ਰਿਹਾ ਹੈਗਾ ਆ ਉਹ ਰਿਹਾ ਹੈਗਾ ਕਿ ਖੇਡਾਂ ਦੇ ਨਾਲ ਚਰਿੱਤਰ ਦਾ ਨਿਰਮਾਣ ਤੇ ਚਰਿੱਤਰ ਦੇ ਨਾਲ ਰਾਸ਼ਟਰ ਦਾ ਨਿਰਮਾਣ ਇਹ ਇੱਕ ਮੋਟੋ ਲੈ ਕੇ ਇਹਨੂੰ ਸਟਾਰਟ ਕੀਤਾ ਗਿਆ ਹੈ ਔਰ ਜ਼ਿਆਦਾ ਫੇਰ ਵੀ ਸਾਡਾ ਜ਼ੋਰ ਰਹਿੰਦਾ ਹੈਗਾ ਕਿ ਅਸੀਂ ਜਿਹੜੀਆਂ ਟ੍ਰੈਡੀਸ਼ਨਲ ਗੇਮਾਂ ਹੈਗੀਆਂ ਉਹਨਾਂ ਨੂੰ ਪ੍ਰੋਮੋਟ ਕਰੀਏ ਬੱਚਿਆਂ ਨੂੰ ਵਾਪਸ ਗਰਾਊਂਡ ਦੇ ਵਿੱਚ ਲੈ ਕੇ ਆਈਏ ਤੇ ਜਿੱਦਾਂ ਹੁਣ ਸਾਡੀਆਂ ਸਾਰੀਆਂ ਸਪੋਰਟਸ ਐਸੋਸੀਏਸ਼ਨਸ ਹੈ ਉਹ ਸਿਰਫ ਕੁਝ ਇੱਕ ਬੱਚਿਆਂ ਦੇ ਪਿੱਛੇ ਹੁੰਦੀਆਂ ਜਿਹੜੇ ਆਲਰੇਡੀ ਸਟੇਟ ਲੈਵਲ ਤੇ ਨੈਸ਼ਨਲ ਲੈਵਲ ਤੇ ਪਹੁੰਚ ਗਏ ਜਿਹੜੀ ਖੇਡ ਵਰਤੀ ਹੈ ਉਹ ਕੰਮ ਕਰਦੀ ਹੈ 140 ਕਰੋੜ ਹਿੰਦੁਸਤਾਨੀਆਂ ਵਾਸਤੇ ਸਾਰੇ ਦੇ ਸਾਰੇ ਆ ਕੇ ਗਰਾਊਂਡ ਦੇ ਵਿੱਚ ਖੜੇ ਹੋਣ ਸੁਵਸਥਾਵਲ ਚੱਲਣ ਇੱਕ ਜਿਹੜਾ ਜਦੋਂ ਇਹ ਸਟਾਰਟ ਕੀਤੀ ਗਈ ਹੈ ਉਸ ਵੇਲੇ ਸਾਡਾ ਇੱਕ ਨਾਰਾ ਰਿਹਾ ਹੈਗਾ ਆ ਸਵਸਥ ਭਾਰਤ ਸਮਰਥ ਭਾਰਤ ਜਿਹੜਾ ਅੱਗੇ ਚੱਲ ਕੇ ਸਰਕਾਰ ਨੇ ਫਿਟ ਇੰਡੀਆ ਹਿੱਟ ਇੰਡੀਆ ਦੇ ਵਿੱਚ ਉਹਨੂੰ ਕਨਵਰਟ ਕਰਕੇ ਅਡਾਪਟ ਕੀਤਾ ਤੇ ਇਸ ਤਰ੍ਹਾਂ ਖੇਡ ਭਾਰਤੀ ਬਹੁਤ ਸਾਰੇ ਕੰਮ ਇਹ ਬੜਾ ਇੰਪੋਰਟੈਂਟ ਜਿਹੜਾ ਤੁਸੀਂ 슬ੋਗਨ ਦੀ ਗੱਲ ਕੀਤੀ ਸਵਸਥ ਭਾਰਤ ਸਮਰਥ ਭਾਰਤ ਜਿਹੜੀ ਗੱਲ ਕਰਦੇ ਅਸੀਂ ਸੁਅਸਥ ਹੁਣਾ ਇੱਕ ਬੜਾ ਇੰਪੋਰਟੈਂਟ ਪਾਰਟ ਆ ਹਿਊਮਨ ਲਾਈਫ ਦਾ ਅਸੀਂ ਦੇਖਦੇ ਹਾਂ ਕਿ ਅੱਜ ਦੇ ਬੱਚੇ ਜਿਹੜੇ ਆ ਉਹ ਫੋਨਾਂ ਦੇ ਵਿੱਚ ਬਿਜ਼ੀ ਹੋ ਗਏ ਜਾਂ ਪੀਜ਼ਾ 버ਗਰ ਫਾਸਟ ਫੂਡ ਵਾਲ ਜਿਹੜਾ ਬੱਚਿਆਂ ਦਾ ਚਲਨ ਜਿਹੜਾ ਹੋ ਗਿਆ ਸੋ ਕਿਸ ਤਰੀਕੇ ਨਾਲ ਸਰਕਾਰ ਨੂੰ ਔਰ ਆਮ ਜਿਹੜੀਆਂ ক্রীੜਾ ਭਾਰਤੀ ਹੈ ਕਿਸ ਤਰੀਕੇ ਨਾਲ ਬੱਚਿਆਂ ਨੂੰ ਮੋਟੀਵੇਟ ਕਰ ਸਕਦੇ ਆ ਅਸੀਂ ਕਿ ਉਹ ਆਪਣੀ ਹੈਲਥ ਦੇ ਪ੍ਰਤੀ ਸੰਵੇਦਨਸ਼ੀਲ ਰਹਿਣ ਸਵਸਥ ਰਹਿਣ ਔਰ ਫਿਟ ਰਹਿਣ ਜੀ ਦੀ ਖੇਡ ਭਾਰਤੀ ਇਹਦੇ ਵਾਸਤੇ ਬਹੁਤ ਸਾਰੇ ਉਪਰਾਲੇ ਕਰ ਰਹੀ ਹੈ ਜਿੱਦਾਂ ਖੇਡ ਭਾਰਤੀ ਦੇ ਵਿੱਚ ਅਸੀਂ ਖੇਡ ਕੇਂਦਰ ਵੀ ਖੋਲ ਰਹੇ ਆ ਪੰਜਾਬ ਦੇ ਵਿੱਚ ਅਸੀਂ ਗੁਰਦਾਸਪੁਰ ਦੇ ਨੇੜੇ ਆ ਬਟਾਲੇ ਦੇ ਨੇੜੇ ਅੰਮ੍ਰਿਤਸਰ ਵੱਲ ਇੱਧਰ ਕੁਝ ਇੱਕ ਖੇਡ ਕੇਂਦਰ ਖੋਲ ਚੁੱਕੇ ਆ ਜਿਹੜਾ ਆਰ ਆਰ 바ਵਾ ਕਾਲਜ ਬਟਾਲਾ ਹੈਗਾ ਉਹਦੇ ਚ ਇੱਕ ਬਾਸਕਟਬਾਲ ਦੀ ਟੀਮ ਹੈ ਜਿਹੜੀ ਅਸੀਂ ਐਡਾਪਟ ਕੀਤੀ ਹੋਈ ਹੈ ਵਿਮਨ ਬਾਸਕਟਬਾਲ ਟੀਮ ਹੈ ਉਹ ਅਸੀਂ ਐਡਾਪਟ ਕੀਤੀ ਹੋਈ ਹੈ ਤਾਂ ਇਸ ਤਰ੍ਹਾਂ ਅਸੀਂ ਪ੍ਰਮੋਟ ਕਰਦੇ ਰਹਿੰਦੇ ਆ ਬਾਕੀ ਜਿਹੜੀ ਇੱਕ ਖੇਡ ਭਾਰਤੀ ਨੂੰ ਕਹਿ ਲਈਏ ਜਾਂ ক্রীੜਾ ਭਾਰਤੀ ਨੂੰ ਇੱਕ ਨੇਸ਼ਨ ਵਾਈਡ ਇੱਕ ਜਿਹੜੀ ਜ਼ਿੰਮੇਵਾਰੀ ਇਸ ਸਰਕਾਰ ਨੇ ਦਿੱਤੀ ਹੈ ਉਹ ਸਗੀ ਕਿ ਜਿਹੜੀ ਲੜਕੀਆਂ ਜਿਹੜੀਆਂ ਹੈਗੀਆਂ ਸਪੋਰਟਸਮੈਨ ਹੈਗੀਆਂ ਆ ਉਹਨਾਂ ਦੇ ਸਰਵੇਖਣ ਦੀ ਜ਼ਿੰਮੇਵਾਰੀ ਇੱਕ ਖੇਡ ਭਾਰਤੀ ਨੂੰ ਮਿਲੀ ਹੈ ਜਿਹੜੇ ਚ ਹੈਗਾ ਕਿ ਜਿਹੜੀਆਂ ਲੜਕੀਆਂ ਹੈ ਉਹ ਖੇਡਾਂ ਵਿੱਚ ਆਉਂਦੀਆਂ ਲੇਕਿਨ ਉਹ ਖੇਡਾਂ ਛੱਡ ਜਾਂਦੀਆਂ ਉਹ ਛੱਡਣ ਦੇ ਕਾਰਨ ਕੀ ਹੈ ਔਰ ਗੇਮਾਂ ਦੇ ਵਿੱਚ ਆਮ ਦੇ ਕਾਰਨ ਕੀ ਹੈ ਇਸ ਸਰਵੇਖਣ ਦਾ ਮੇਨ ਫਾਇਦਾ ਜਿਹੜਾ ਹੈਗਾ ਆ ਉਹ ਗਵਰਨਮੈਂਟ ਕੋਲ ਆਏਗਾ ਕਿ ਇੱਕ ਤਾਂ ਉਹਨਾਂ ਕੋਲ ਪੂਰਾ ਡਾਟਾ ਜਾਏਗਾ ਅਸੀਂ ਇਹਦਾ ਲਗਭਗ 200 ਕੁਐਸਚਨ ਹੈਗੇ ਇਹਦੇ ਵਿੱਚ ਜਿਹੜੇ ਕਿ ਹਰ ਔਮਨ ਐਥਲੀਟ ਕੋਲ ਜਾ ਕੇ ਉਹਦੇ ਸਵਾਲ ਜਵਾਬ ਅਸੀਂ ਕਰ ਰਹੇ ਆਂ ਤੇ ਉਹ ਡਾਟਾ ਸਰਕਾਰ ਦੇ ਕੋਲ ਪਹੁੰਚ ਗਿਆ ਹੈਗਾ ਹੋਰ ਡਾਟਾ ਉਹਨਾਂ ਕੋਲ ਪਹੁੰਚ ਜਾਏਗਾ ਔਰ ਇਹ ਡਾਟਾ ਕੰਮ ਕਰੇਗਾ ਅਗਲੀ ਖੇਡ ਨੀਤੀ ਬਣਾਉਣ ਵਾਸਤੇ ਉਹਨਾਂ ਦੇ ਕੰਮ ਆਏਗਾ ਕਿ ਜਿਹੜੇ ਮਹਿਲਾਵਾਂ ਦੇ ਵਾਸਤੇ ਜਿਹੜੇ ਹੁਣ ਖੇਡ ਨੀਤੀ ਬਣੇਗੀ ਉਹ ਮਹਿਲਾਵਾਂ ਵਾਸਤੇ ਕਿੱਦਾਂ ਦੀ ਹੋਣੀ ਚਾਹੀਦੀ ਹੈ ਕਿਤੇ ਉਹਨਾਂ ਦਾ ਸ਼ੋਸ਼ਣ ਤਾਂ ਨਹੀਂ ਹੁੰਦਾ ਉਹਨਾਂ ਨੂੰ ਖੇਡਾਂ ਦੇ ਵਿੱਚ ਆਉਣ ਵਾਸਤੇ ਕਿੱਦਾਂ ਪ੍ਰੋਤਸਾਹਿਤ ਹੋਰ ਕਰੀਏ ਤਾਂ ਇਹ ਸਾਰਾ ਕੰਮ ਜਿਹੜੀ ਹੈ ਖੇਡ ਭਾਰਤੀ ਕਰ ਰਹੀ ਹੈ ਬਹੁਤ ਇੰਪੋਰਟੈਂਟ ਜਿਹੜਾ ਐਸਪੈਕਟ ਹੈ ਕਿਉਂਕਿ ਖੇਡ ਨੀਤੀ ਬਣਾਉਣ ਵਾਸਤੇ ਬਹੁਤ ਸਾਰੇ ਫੀਡਬੈਕ ਦੀ ਲੋੜ ਹੁੰਦੀ ਜਿਹਦੇ ਉੱਤੇ ਖੇਡ ਭਾਰਤੀ ਕੰਮ ਕਰਦੇ ਪਏ ਸਰ ਗੱਲ ਕਰੀਏ ਕਰੈਕਟਰ ਬਿਲਡਿੰਗ ਦੇ ਉੱਤੇ ਵੀ ਇਹਦੇ ਵਿੱਚ ਜ਼ੋਰ ਦਿੱਤਾ ਹੈ ਤਾਂ ਰੋ ਆਮ ਤੌਰ ਤੇ ਮੰਨਿਆ ਜਾਂਦਾ ਹੈ ਕਿ ਜਿਹੜਾ ਬੱਚਾ ਪਲੇਅਰ ਹੁੰਦਾ ਉਹ ਡਿਸਪਲਿਨ ਦੇ ਨਾਲ ਕਿਤੇ ਨਾ ਕਿਤੇ ਜੁੜਿਆ ਹੁੰਦਾ ਹੈ ਔਰ ਕਰੈਕਟਰ ਬਿਲਡਿੰਗ 'ਚ ਬੜਾ ਇੰਪੋਰਟੈਂਟ ਰੋਲ ਸੋ ਖੇਡਾਂ ਪ੍ਰਤੀ ਮੋਟੀਵੇਟ ਕਰਨਾ ਇਹ ਬਹੁਤ ਵੱਡਾ ਚੈਲੰਜ ਹੈ ਸੋ ਇਹਦੇ ਵਾਸਤੇ ਤੁਸੀਂ ਕੀ ਸੋਚ ਰਹੀ ਕੀ ਵਿਜ਼ਨ ਹੋ ਸਕਦਾ ਹੈ ਮੋਟੀਵੇਟ ਕਰਨ ਵਾਸਤੇ ਅਸੀਂ ਜਿਹੜੇ ਹੈਗੇ ਖੇਡ ਭਾਰਤੀ ਦੇ ਕੁਝ ਆਪਣੇ ਕਾਰਜਕ੍ਰਮ ਹੁੰਦੇ ਆ ਇਹਨਾਂ ਵਿੱਚ ਇੱਕ ਸਭ ਤੋਂ ਵੱਡਾ ਕਾਰਜਕ੍ਰਮ ਜਿਹੜਾ ਹੈ ਜਿਹਦੀ ਮੈਂ ਜਾਣਕਾਰੀ ਤੁਹਾਡੇ ਥਰੂ ਦੇਣਾ ਵੀ ਚਾਹਾਂਗਾ ਉਹ ਹੈਗੀ ਹੈ ক্রীੜਾ ਗਿਆਨ ਪ੍ਰੀਖਿਆ ਦੀ ਜਿਹੜੀ ਖੇਡਾਂ ਦੀ ਗਿਆਨ ਪ੍ਰੀਖਿਆ ਅਸੀਂ ਆਰਗੇਨਾਈਜ਼ ਕਰਦੇ ਆ ਆਨਲਾਈਨ ਆਰਗੇਨਾਈਜ਼ ਕੀਤੀ ਜਾਂਦੀ ਹੈ ਜਿਹਦਾ ਇਸ ਸਾਲ 3 ਸਤੰਬਰ ਨੂੰ ਜਿਹੜੀ ਪ੍ਰੀਖਿਆ ਹੋਣੀ ਹੈ ਇਹ ਆਨਲਾਈਨ ਪ੍ਰੀਖਿਆ ਹੈ ਤੇ ਇਸ ਪ੍ਰੀਖਿਆ ਦੇ ਵਿੱਚ ਆਨਲਾਈਨ ਜਾ ਕੇ ਤੁਸੀਂ ਆਪਣੇ ਆਪ ਨੂੰ ਰਜਿਸਟਰ ਕਰਨਾ ਹੈ 20 ਰੁਪਏ ਉਹਦੀ ਫੀਸ ਹੈ ਅੱਧੇ ਘੰਟੇ ਦਾ ਪੇਪਰ ਹੁੰਦਾ ਹੈ ਪੇਪਰ ਕੀ ਹੁੰਦਾ ਹੈ ਕਿ ਉਹ ਤੁਹਾਡੀ ਜਾਣਕਾਰੀ ਦੇਖਣ ਵਾਸਤੇ ਤੁਸੀਂ ਆਪਣੇ ਚਾਹੇ ਪੂਰੇ ਪਰਿਵਾਰ ਨੂੰ ਉਹਦੇ ਚ ਇਨਵੋਲਵ ਕਰੋ ਤੇ ਉਹ 30 ਮਿੰਟ ਦੇ ਵਿੱਚ ਤੁਸੀਂ 30 ਜਵਾਬ ਦੇਣੇ ਹਨ ਮਲਟੀ ਕੁਐਸਚਨ ਹੈਗੇ ਆ ਮਲਟੀਪਲ ਆਪਸ਼ਨਾਂ ਬਾਰੇ ਜਾਣਕਾਰੀ ਬਾਰੇ ਸਿਰਫ ਕਿਡਾਂ ਬਾਰੇ ਜੀ ਤੇ ਇਹਦੇ ਚ ਜਿਹੜਾ ਜੇਤੂ ਹੋਏਗਾ 올 ਇੰਡੀਆ ਉਹਨੂੰ ਇਨਾਮ ਮਿਲੇਗਾ 1 ਲੱਖ ਰੁਪਈਆ ਸੈਕੰਡ ਨੂੰ 50000 ਔਰ ਥਰਡ ਨੂੰ 25000 ਲੇਕਿਨ ਪੰਜਾਬ ਨੇ ਇਸ ਵਾਰੀ ਜੋ ਸੋਚਿਆ ਹੈਗਾ ਆ ਕਿ ਸਟੇਟ ਲੈਵਲ ਦਾ ਜਿਹੜਾ ਨੈਸ਼ਨਲ ਲੈਵਲ ਹੈ ਉਹ ਤਾਂ ਹੈ ਹੀ ਹੈ ਲekin ਜਿਹੜਾ ਸਟੇਟ ਦੇ ਵਿੱਚੋਂ ਵੀ ਫਸਟ ਸੈਕਿੰਡ ਥਰਡ ਆਣਗੇ ਅਸੀਂ ਉਹਨਾਂ ਨੂੰ ਵੀ ਸਨਮਾਨਿਤ ਕਰਾਂਗੇ ਆਪਣੇ ਸਟੇਟ ਲੈਵਲ ਦੇ ਹਿਸਾਬ ਨਾਲ ਜੀ ਇਹ ਬੜਾ ਇੰਪੋਰਟੈਂਟ ਉਪਰਾਲਾ ਜਿਹੜਾ ਤੁਸੀਂ ਦੱਸਿਆ ਕਿ ਸਟੇਟ ਦੇ ਪੱਧਰ ਦੇ ਉੱਤੇ ਵੀ ਤੁਸੀਂ ਕਰੋਗੇ ਇਹ ਜਿਹਨੇ ਰਜਿਸਟਰ ਕਰਨਾ ਉਹ ਕਿਹੜੀ ਸਾਈਡ ਦੇ ਉੱਤੇ ਜਾ ਕੇ ਸਾਡੇ ਦਰਸ਼ਕਾਂ ਨੂੰ ਥੋੜਾ ਜਿਹਾ ਉਹਦੇ ਬਾਰੇ ਵੀ ਦੱਸ ਦਿਓਗੇ ਤਾਂ ਕਿ ਉਹ ਇਨਰੋਲ ਕਰ ਸਕੇ ਜੀ 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 ਮੈਂ ਉਹ ਦੱਸ ਦਿੰਦਾ ਲੇਕਿਨ ਐ ਵੀ ਚਾਹਾਂਗਾ ਕਿ ਅਗਰ ਤੁਸੀਂ ਕੈਪਸ਼ਨ ਦੇ ਵਿੱਚ ਉਹ ਨੀਚੇ ਲਿਖ ਦਿਓ ਤਾਂ ਉਹ ਵੀ ਅੱਛਾ ਰਹੇਗਾ ਵੈਬਸਾਈਟ ਹੈਗੀ ਜੀ kreedabharati.org kreedabharati.org krdeba.bharati.org ਤਾਂ ਇਸ ویب سائٹ ਤੇ ਜਾ ਕੇ ਇਸ ਇਹਦੀਆਂ ਤਿੰਨ ਤਰ੍ਹਾਂ ਦੀਆਂ ਰਜਿਸਟ੍ਰੇਸ਼ਨਸ ਹੈਗੀਆਂ ਇੱਕ ਤਾਂ ਇੰਡੀਵਿਜੂਅਲ ਹੈ ਕਿ ਜਿੱਦਾਂ ਮੈਂ ਗਿਆ ਮੈਂ ਜਾ ਕੇ ਆਨਲਾਈਨ ਆਪਣੇ ਆਪ ਨੂੰ ਰਜਿਸਟਰ ਕਰ ਲਿਆ 20 ਰੁਪਏ ਭਰੇ ਕਰ ਲਿਆ ਦੂਸਰੀ ਇੱਕ ਬਲਕ ਦੀ ਹੈਗੀ ਹੈ ਬਲਕ ਦੇ ਵਿੱਚ ਹੁਣ ਜਿੱਦਾਂ ਮੈਂ ਆਪਣੀ ਕਲਾਸ ਦੇ ਵਿੱਚ ਗਿਆ ਸਕੂਲ ਦੇ ਵਿੱਚ ਅਸੀਂ ਕਲਾਸ ਦੇ ਸਾਰੇ 20 25 ਜਣਿਆਂ ਨੇ ਮਿਲ ਕੇ ਉਹ ਬਲਕ ਰਜਿਸਟ੍ਰੇਸ਼ਨ ਦੇ ਵਿੱਚ ਆਪਣੇ ਡਾਟਾ ਭਰਿਆ ਤੇ ਡਾਟਾ ਭਰ ਕੇ ਉਹ ਸਾਰਾ ਇੱਕ ਜਗ੍ਹਾ ਤੇ ਹੀ ਭਰ ਹੋ ਜਾਏਗਾ ਤੇ ਜਦੋਂ ਉੱਥੇ ਪੇ ਦਾ ਬਟਨ ਆਏਗਾ ਉਹ 20 ਰੁਪਏ ਦੇ ਹਿਸਾਬ ਨਾਲ ਸਾਰਿਆਂ ਦੇ ਹਿਸਾਬ ਨਾਲ ਫੀਸ ਆ ਰਹੀ ਹੈਗੀ ਉਹ ਭਰ ਦੇਣੀ ਹੈ ਤੀਸਰਾ ਹੈਗਾ ਆ ਬਲਕ ਐਜ਼ ਐਨ ਇੰਸਟੀਟਿਊਸ਼ਨ ਜੀ ਕਿ ਹੁਣ ਪੂਰਾ ਸਕੂਲ ਕਹਿੰਦਾ ਹੈਗਾ ਜੀ ਕਿ ਅਸੀਂ 10 ਸਾਲ ਤੋਂ ਉੱਪਰਲੇ ਜਿੰਨੇ ਵੀ ਬੱਚੇ ਹੈਗੇ ਸਾਰੇ ਰਜਿਸਟਰ ਕਰਨਾ ਚਾਹੁੰਦੇ ਆ ਉਹਦੇ ਵਾਸਤੇ ਫਿਰ ਇੱਕ ਖੇਡਾ ਭਾਰਤੀ ਦਾ ਰਿਪਰੈਜ਼ੈਂਟੇਟਿਵ ਉੱਥੇ ਜਾਂਦਾ ਹੈ ਉਹ ਸਾਰਾ ਡਾਟਾ ਲੈਂਦਾ ਹੈ ਐਕਸਲ ਫਾਈਲ ਚ ਉਹਨੂੰ ਪਾ ਕੇ ਫਿਰ ਉਹ ਡਾਇਰੈਕਟ ਅਪਲੋਡ ਕਰ ਦਿੰਦਾ ਹੈ ਸੋ ਮੇਨ ਮੋਟਿਵ ਹੈ ਕਿਤਨੇ ਕਿਤੇ ਕਿ ਜਦੋਂ ਗਿਆਨ ਹੋਏਗਾ ਗੇਮਾਂ ਪ੍ਰਤੀ ਤਾਂ ਸ਼ਾਇਦ ਕਿਤਨੇ ਕਿਤੇ ਮੋਟੀਵੇਟ ਵੀ ਖੇਡਾਂ ਵਾਸਤੇ ਹੋਵਾਂਗੇ ਇੱਕ ਇਹ ਵੀ ਦੇਖਿਆ ਜਾਂਦਾ ਹੈ ਕਿ ਸਾਡੇ ਇੱਕ ਨਾਰਾ ਇਹ ਵੀ ਰਿਹਾ ਕਿ ਅਗਰ ਪੜੋ ਲਗੇ ਲਿਖੋਗੇ ਤਾਂ ਅਸੀਂ ਸ਼ਾਇਦ ਚੰਗੀਆਂ ਨੌਕਰੀਆਂ ਲੈ ਸਕਦੇ ਹਾਂ ਲੇਕਿਨ ਅਗਰ ਖੇਡਾਂਗੇ ਕੋਦਾਂਗੇ ਤਾਂ ਸਾਨੂੰ ਸ਼ਾਇਦ ਨਾਦਾਨ ਹੀ ਸਮਝਿਆ ਜਾਏਗਾ ਇਹ ਨਾਰਾ ਇਸ ਵੇਲੇ ਕਿੰਨਾ ਕਿ ਸਾਰਥਕ ਤੁਸੀਂ ਦੇਖਦੇ ਹੋ ਔਰ ਕਿੰਨਾ ਕਿ ਫਰਕ ਪਿਆ ਸੋਚ ਦੇ ਵਿੱਚ ਔਰ ਬੱਚੇ ਔਰ ਮਾਤਾ ਪਿਤਾ ਦੀ ਸੋਚ ਕਿੰਨਾ ਕੰਤਰ ਜਿਹੜਾ ਜੀ 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 ਇਹਦੇ ਚ ਮੈਂ ਦੋ ਚੀਜ਼ਾਂ ਤੁਹਾਡੇ ਅੱਗੇ ਰੱਖਾਂਗਾ ਇੱਕ ਤਾਂ ਇਹ ਹੈਗਾ ਕਿ ਅਸੀਂ ਜਿਹੜਾ ਸਾਡੇ ਪ੍ਰਧਾਨ ਮੰਤਰੀ ਜੀ ਨੇ ਵੀ ਉਹ ਨਾਰਾ ਦਿੱਤਾ ਆ ਆਤਮ ਨਿਰਭਰ ਭਾਰਤ ਦਾ ਖੇਡ ਭਾਰਤੀ ਉਹਦੇ ਉੱਤੇ ਵੀ ਕੰਮ ਕਰਦੀ ਹੈ ਉਹਦੇ ਉੱਤੇ ਕੰਮ ਕਰਨ ਵਾਸਤੇ ਅਗਰ ਅਸੀਂ ਹੁਣ ਜਿੱਦਾਂ ਖੇਡ ਕੇਂਦਰ ਖੋਲਣੇ ਆ ਅਸੀਂ ਖੇਡ ਕੇਂਦਰ ਖੋਲ ਰਏ ਹਾਂ ਤਾਂ ਉੱਥੇ ਕੋਚੇਸ ਵੀ ਰੱਖਨੇ ਆ ਜਿਹੜੇ ਕੋਚੇਸ ਹੋਣਗੇ ਉਹ ਭੇਡ ਕੋਚੇਸ ਹੋਣਗੇ ਤਾਂ ਇੱਕ ਤਰ੍ਹਾਂ ਅਸੀਂ ਅੱਗੇ ਜੌਬ ਪ੍ਰੋਵਾਈਡ ਕਰਵਾ ਰਹੇ ਹਾਂ ਔਰ ਜਿਹੜੇ ਹੈਗੇ ਆ ਕੋਚੇਸ ਉਹਨਾਂ ਨੂੰ ਅਸੀਂ ਅੱਗੇ ਹੋਰ ਕਰੀਦਾ ਹੈਗਾ ਕਿ ਤੁਸੀਂ ਅੱਗੇ ਆਪਣੇ ਖੇਡ ਕੇਂਦਰ ਖੋਲੋ ਤੁਸੀਂ ਆਪਣੇ ਰੋਜ਼ਗਾਰ ਸ਼ੁਰੂ ਕਰੋ ਸਿਰਫ ਸਾਡੇ ਉੱਤੇ ਨਾ ਰੋ ਤੁਸੀਂ ਆਪਣਾ ਅੱਗੇ ਜਾ ਕੇ ਇੱਕ ਖੇਡ ਕੇਂਦਰ ਅਲੱਗ ਪਿੰਡ ਦੇ ਵਿੱਚ ਖੋਲੋ ਉੱਥੋਂ ਦੀ ਬੱਚਿਆਂ ਤੋਂ ਇੱਕ ਨੋਮੀਨਲ ਫੀਸ ਲਓ ਚਾਹੇ 20 ਰੁਪਏ ਮਹੀਨਾ ਲਓ 50 ਰੁਪਏ ਮਹੀਨਾ ਲਓ ਲੇਕਿਨ ਉਹ ਜਿਹੜੀ ਹੈਗੀ ਤੁਸੀਂ ਆਪਣੇ ਵਾਸਤੇ ਉਹਨੂੰ ਜਨਰੇਟ ਕਰੋ ਤਾਂ ਇੱਕ ਤਾਂ ਆਤਮ ਨਿਰਭਰਤਾ ਇਦਾਂ ਹੈਗੀ ਐ ਦੂਸਰੀ ਇੱਕ ਮੋਟੀਵੇਟ ਕਰਨ ਵਾਸਤੇ ਜਿਹੜੀ ਕ੍ਰੀਡਾ ਭਾਰਤੀ ਦਾ ਇੱਕ ਆਪਣਾ ਇੱਕ ਕਾਰਜਕ੍ਰਮ ਹੁੰਦਾ ਆ ਉਹ ਹੈਗਾ ਆ ਜੀਜਾ ਮਾਤਾ ਪੁਰਸਕਾਰ ਸ਼ਿਵਾਜੀ ਮਰਾਠਾ ਹੋਏ ਸਾਡੇ ਉਹਨਾਂ ਦੇ ਮਾਤਾ ਜੀ ਉਹਨਾਂ ਦੇ ਮਾਤਾ ਜੀ ਨੇ ਸ਼ੁਰੂ ਤੋਂ ਹੀ ਬਚਪਨ ਤੋਂ ਹੀ ਸ਼ਿਵਾਜੀ ਨੂੰ ਅੱਗੇ ਵਧਾਇਆ ਹੈ ਕਿ ਅੱਗੇ ਵਧੋ ਖੇਡੋ ਔਰ ਉਹਨਾਂ ਨੂੰ ਤਲਵਾਰਬਾਜੀ ਸਿਖਾਉਣ ਵਾਸਤੇ ਸਾਰਾ ਕੁਝ ਕਰਨ ਵਾਸਤੇ ਉਹ ਹਮੇਸ਼ਾ ਅੱਗੇ ਕੀਤਾ ਉਸੇ ਨੂੰ ਬੇਸ ਲੈ ਕੇ ਅਸੀਂ ਜੀਜਾ ਮਾਤਾ ਪੁਰਸਕਾਰ ਖੇਡਾ ਭਾਰਤੀ ਨੇ ਇੱਕ ਬਣਾਇਆ ਹੈ ਇਹਦੇ ਵਿੱਚ ਅਸੀਂ ਕੀ ਕਰੀਦਾ ਹੈ ਕਿ ਜਿਹੜੀਆਂ ਮਾਤਾਵਾਂ ਥੋੜਾ ਔਖਾ ਟਾਈਮ ਵੀ ਦੇਖਿਆ ਜਿਨ੍ਹਾਂ ਨੇ ਸਾਰਾ ਕੁਝ ਕੀਤਾ ਔਰ ਉਹ ਫੇਰ ਵੀ ਬੱਚਿਆਂ ਨੂੰ ਅੱਗੇ ਪ੍ਰਮੋਟ ਕਰਦੀ ਹੈ ਕਿ ਖੇਲੋ ਅੱਗੇ ਵਧੋ ਕ੍ਰੀਡਾ ਭਾਰਤੀ ਉਹਨਾਂ ਮਾਤਾਵਾਂ ਨੂੰ ਸਨਮਾਨ ਦਿੰਦੀ ਹੈ ਜਦੋਂ ਮਾਤਾ ਨੂੰ ਸਨਮਾਨ ਮਿਲਦਾ ਹੈ ਪਰਿਵਾਰ ਨੂੰ ਸਨਮਾਨ ਮਿਲਦਾ ਹੈ ਤਾਂ ਉਹ ਹੋਰ ਬੱਚਾ ਅੱਗੇ ਵਧਣ ਦੀ ਕੋਸ਼ਿਸ਼ ਕਰਦਾ ਹੈ ਕਿ ਨਹੀਂ ਮੇਰੀ ਮਾਤਾ ਨੂੰ ਸਨਮਾਨ ਮਿਲਿਆ ਮੈਂ ਨਾਮ ਹੋਰ ਅੱਗੇ ਲੈ ਕੇ ਚੱਲਾਂ ਤੇ ਇਸ ਤਰ੍ਹਾਂ ਵੀ ਅੱਗੇ ਪ੍ਰਮੋਟ ਕਰਨ ਦੀ ਹੈਗੀ ਸਰ ਪੰਜਾਬ ਦੇ ਵਿੱਚ ਅਗਰ ਗੱਲ ਕਰੀਏ ਜਲੰਧਰ ਇੱਕ ਸਪੋਰਟਸ ਇੰਡਸਟਰੀ ਦਾ ਹੱਬ ਜਿਹੜਾ ਉਹ ਮੰਨਿਆ ਜਾਂਦਾ ਹੈ ਔਰ ਬਹੁਤ ਸਾਰੇ ਇਥੋਂ ਸਪੋਰਟਸ ਜਿਹੜੀਆਂ ਤਿਆਰ ਕਰਕੇ ਅਲੱਗ-ਅਲੱਗ ਔਰ ਐਕਸਪੋਰਟ ਵੀ ਹੁੰਦੇ ਪੂਰੀ ਦੁਨੀਆ ਵਿੱਚ ਖੇਡ ਜਗਤ ਬਾਦ ਸੇ ਜਲੰਧਰ ਜਾਣਿਆ ਜਾਂਦਾ ਹੈ ਤੁਸੀਂ ਵੀ ਸਪੋਰਟਸ ਇੰਡਸਟਰੀ ਨੂੰ ਬਿਲੋਂਗ ਕਰਦੇ ਹੋ ਬਹੁਤ ਵੱਡਾ ਗਰੁੱਪ ਰੈਂਸਨ ਇੰਡਸਟਰੀਜ਼ ਨਾਲ ਜਿਹੜਾ ਜਾਣਿਆ ਜਾਂਦਾ ਹੈ ਸਪੋਰਟਸ ਇੰਡਸਟਰੀਜ਼ ਜਾਂ ਕੀ ਦਿੱਕਤਾਂ ਤੁਸੀਂ ਮਹਿਸੂਸ ਕਰਦੇ ਹੋ ਔਰ ਗਵਰਨਮੈਂਟ ਤੋਂ ਕੀ ਐਕਸਪੈਕਟੇਸ਼ਨਸ ਹੈ ਤਾਂ ਕਿ ਅਸੀਂ ਖੇਡਾਂ ਨੂੰ ਹੋਰ ਜ਼ਿਆਦਾ ਪ੍ਰਮੋਟ ਕਰ ਸਕੀਏ ਜੀ ਖੇਡ ਇੰਡਸਟਰੀ ਦੀ ਅਗਰ ਮੈਂ ਗੱਲ ਕਰਾਂ ਤਾਂ ਖੇਡ ਇੰਡਸਟਰੀ ਕੋਈ ਇਸ ਵੇਲੇ ਬਹੁਤ ਜ਼ਿਆਦਾ ਵਧੀਆ ਸਥਿਤੀ 'ਚ ਨਹੀਂ ਹੈਗੀ ਅ ਕਈ ਕਾਰਨ ਹੈਗੇ ਆ ਥੋੜੀ ਇੰਪੋਰਟ ਵਧੀ ਹੋਈ ਹੈ ਹਰ ਤਰ੍ਹਾਂ ਦੇ ਬ੍ਰਾਂਡ ਇੰਪੋਰਟ ਹੋ ਰਹੇ ਆ ਅ ਦੂਸਰੇ ਜਿਹੜੀ ਸਭ ਤੋਂ ਵੱਡੀ ਗੱਲ ਹੈਗੀ ਹੈ ਕਿ ਸਾਡੀਆਂ ਜਿੰਨੀਆਂ ਸੰਸਥਾਵਾਂ ਵੀ ਹੈਗੀਆਂ ਚਾਹੇ ਸਰਕਾਰੀ ਸੰਸਥਾਵਾਂ ਜਾਂ ਗੈਰ ਸਰਕਾਰੀ ਵੀ ਉਹ ਕੋਈ ਜਦੋਂ ਟੂਰਨਾਮੈਂਟ ਕਰਵਾਉਂਦੀਆਂ ਕੁਝ ਕਰਦੀਆਂ ਤੇ ਉਹਦਾ ਸਮਾਨ ਸਾਰਾ ਇੰਪੋਰਟ ਕਰਦੀਆਂ ਲੋਕਲ ਬ੍ਰਾਂਡ ਉਹ ਨਹੀਂ ਖਰੀਦਣਗੀਆਂ ਉਹ ਇੰਗਲੈਂਡ ਦਾ ਕੋਈ ਬ੍ਰਾਂਡ ਹੋਣ ਗਿਆ ਉਹਨੂੰ ਇੰਪੋਰਟ ਕਰ ਲੈਣਗੀਆਂ ਆਸਟ੍ਰੇਲੀਆ ਤੋਂ ਕਰ ਲੈਣਗੀਆਂ ਜਰਮਨੀ ਤੋਂ ਕਰ ਲੈਣਗੀਆਂ ਲੇਕਿਨ ਹਿੰਦੁਸਤਾਨ ਚੋਂ ਨਹੀਂ ਖਰੀਦਣ ਗਈਆਂ ਜਦ ਕਿ ਉਹਨਾਂ ਨੂੰ ਵੀ ਪਤਾ ਹੈ ਕਿ ਹੋ ਸਕਦਾ ਹੈਗਾ ਕਿ 90% ਉਹ ਸਮਾਨ ਸ਼ਾਇਦ ਜਲੰਧਰ ਤੋਂ ਹੀ ਬਣ ਕੇ ਗਿਆ ਹੋਵੇ ਲੇਕਿਨ ਉਹ ਜਲੰਧਰ ਤੋਂ ਨਹੀਂ ਖਰੀਦਣਗੇ ਜਰਮਨੀ ਤੋਂ ਖਰੀਦ ਲੈਣਗੇ ਤਾਂ ਇਹ ਜਿਹੜੀ ਚੀਜ਼ ਹੈਗੀ ਹੈ ਹੁਣ ਸਰਕਾਰ ਨੂੰ ਚਾਹੀਦਾ ਹੈਗਾ ਕਿ ਘੱਟੋ ਘੱਟ ਜਿਹੜੀ ਸਰਕਾਰੀ ਸੰਸਥਾ ਹੈਗੀਆਂ ਉਹ ਖੇਡ ਤਾਂ ਕਰਵਾਉਂਦੀਆਂ ਰਹਿੰਦੀਆਂ ਉਹਨਾਂ ਦੇ ਆਪਣੇ ਖੇਡਾਂ ਦੇ ਦਿਨ ਚੱਲਦੇ ਆ ਪਖਵਾੜਾ ਚੱਲਦਾ ਰਹਿੰਦਾ ਤਾਂ ਉਹਦੇ 'ਚ ਜਿਹੜਾ ਹੈਗਾ ਉਹ ਘੱਟੋ ਘੱਟ ਸਮਾਨ ਹਿੰਦੁਸਤਾਨੀ ਕੰਪਨੀਆਂ ਦਾ ਲੈਣ ਇਦੇ ਉੱਤੇ ਹੀ ਮੋਦੀ ਸਰਕਾਰ ਤਾਂ ਇਹਦੇ ਉੱਤੇ ਕੰਮ ਕਰ ਹੀ ਰਹੀ ਹੈ ਹੁਣੇ ਹੀ ਜਿਹੜੇ ਇੰਡਸਟਰੀ ਮਿਨਿਸਟਰ ਹੈਗੇ ਆ ਉਹਨਾਂ ਨੇ ਪਿਛਲੇ ਸਾਲ ਹੀ ਡਿਕਲੇਅਰ ਕੀਤਾ ਸੀਗਾ ਕਿ ਜਿਹੜੇ ਸਪੋਰਟਸ ਗੁੱਡਸ ਹੈਗੇ ਆ ਉਹਨਾਂ ਤੇ ਆਈਐਸਆਈ ਮਾਰਕਾ ਜ਼ਰੂਰੀ ਹੋ ਜਾਏਗਾ ਆਈਐਸਆਈ ਮਾਰਕਾ ਜ਼ਰੂਰੀ ਹੋਣ ਨਾਲ ਕੀ ਹੈਗਾ ਕਿ ਹਰ ਇੱਕ ਸਿਟੀਜ਼ਨ ਨੂੰ ਇੰਡੀਆ ਦੇ ਵਿੱਚ ਬੈਠੇ ਅਗਰ ਉਹ ਅੱਜ ਦੁਕਾਨ ਤੇ ਜਾ ਕੇ ਕੁਝ ਖਰੀਦੇਗਾ ਉਹਦੇ ਉੱਤੇ ਆਈਐਸਆਈ ਮਾਰਕ ਹੋਏਗਾ ਆਈਐਸਆਈ ਮਾਰਕ ਹੋਣ ਦਾ ਮਤਲਬ ਹੈਗਾ ਕਿ ਇੱਕ ਸਟੈਂਡਰਡ ਪ੍ਰੋਡਕਟ ਹੈਗਾ ਜਿਹੜਾ ਪ੍ਰੋਡਕਟ ਜਿਹੜੇ ਮਟੀਰੀਅਲ ਨਾਲ ਜਿਸ ਟੈਕਨੀਕ ਨਾਲ ਬੰਨਣਾ ਚਾਹੀਦਾ ਉਹ ਉਦਾਂ ਬਣਿਆ ਕੋਈ ਕਿਸੇ ਨੇ ਚੀਪ ਸਮਾਨ ਨਹੀਂ ਮਿਲੇਗਾ ਕੋਈ ਕਿਤੇ ਉਹਦੀ ਸਮਾਨ ਖਰੀਦ ਕੇ ਬਾਹਰੋਂ ਲੈ ਆਂਦੇ ਸਸਤਾ ਜਿਹਾ ਕਰਕੇ ਕਿਤੇ ਰੈਗੂਲੇਟ ਕਰਨ ਦੇ ਜਿਹੜੇ ਰੈਗੂਲੇਟ ਕਰਨੀ ਹੁੰਦੀ ਹੈ ਜਿੱਦਾਂ ਟੋਏ ਇੰਡਸਟਰੀ ਚ ਹੋਇਆ ਹੀ ਸੀਗਾ आईडी डेट ਦੇ ਵਿੱਚ ਹੁਣ ਬਾਹਰੋਂ ਟੌイズ ਨਹੀਂ ਆ ਰਹੇ ਡਾਲਸ ਵਗੈਰਾ ਨਹੀਂ ਆ ਰਿਹਾ ਸਿਰੇ ਉੱਤੇ ਕੰਮ ਕਰਨ ਦਾ ਜਿਹੜਾ ਸ਼ੁਰੂ ਹੋ ਚੁੱਕਾ ਹੈ ਹੋ ਚੁੱਕਾ ਹੈ ਸਾਡੀ ਸਪੋਰਟਸ ਇੰਡਸਟਰੀ ਮੈਂ ਖੁਦ ਇੱਕ ਕਮੇਟੀ ਦਾ ਮੈਂਬਰ ਹੈਗਾ ਹਾਂ ਕ੍ਰਿਕਟ ਦੀ ਕਮੇਟੀ ਦਾ ਮੈਂ ਮੈਂਬਰ ਹੈਗਾ ਹਾਂ ਤੇ ਕ੍ਰਿਕਟ ਦੇ ਜਿਹੜੇ ਸਮਾਨ ਦਾ ਸਟੈਂਡਰਡ ਬਣ ਰਹੇ ਉਹ ਮੈਂ ਵੀ ਉਹ ਕਮੇਟੀ 'ਚ ਹੈਗਾ ਜਿਹੜਾ ਮਿਲ ਕੇ ਅਸੀਂ ਬਣਾ ਰਹੇ ਹਾਂ ਤਾਂ ਇਦਾਂ ਸਾਰੇ ਪ੍ਰੋਡਕਟਸ ਦੇ ਉੱਤੇ ਸਟੈਂਡਰਡ ਬਣ ਰਹੇ ਆ ਲੇਕਿਨ ਸਿਰਫ ਪਿਊਸ਼ ਗੋਇਲ ਜੀ ਅੱਗੇ ਵੀ ਇੱਕ ਉਹਨਾਂ ਨੂੰ ਇੱਕ ਲੈਟਰ ਅਸੀਂ ਭੇਜੀ ਹੈ ਕਿ ਜਿਹੜਾ ਆਈਐਸਆਈ ਮਾਰਕ ਹੈਗਾ ਆ ਜ਼ਰੂਰੀ ਹੈ ਬਿਲਕੁਲ ਲਗਾਓ ਲੇਕਿਨ ਲਗਾਓ ਜਿਹੜੇ ਪ੍ਰੋਡਕਟ ਜ਼ਿਆਦਾ ਇੰਪੋਰਟ ਹੋ ਰਹੇ ਹੈ ਪਹਿਲਾਂ ਉਹਨਾਂ ਉੱਤੇ ਜਿਹੜਾ ਇੰਡੀਆ ਦੇ ਵਿੱਚ ਹੀ ਸਮਾਨ ਬਣ ਰਿਹਾ ਆ ਉਹਦੇ ਉੱਤੇ ਹੀ ਆਈਐਸਆਈਆ ਮਾਰਕ ਲਗਾਉਣ ਦਾ ਮਤਲਬ ਹੈ ਕਿ ਛੋਟੇ-ਛੋਟੇ ਦੁਕਾਨਦਾਰਾਂ ਨੂੰ ਸ਼ੁਰੂ ਚੀਜ਼ ਰੋਕ ਦੇਣਾ ਅਸੀਂ ਉਹ ਨਹੀਂ ਚਾਹੁੰਦੇ ਕਿ ਛੋਟੀ-ਛੋਟੀ ਜਿਹੜੇ ਬਿਜ਼ਨੈਸੇਸ ਹੈਗੇ ਉਹਨੂੰ ਬੰਦ ਕਰੋ ਉਹਨਾਂ ਨੂੰ ਹੱਲਾਸ਼ੇਰੀ ਦੇਣ ਵਾਸਤੇ ਘਟੋ ਘਟ ਪਹਿਲਾਂ ਜਿਹੜੇ ਸਮਾਨ ਇੰਪੋਰਟ ਜ਼ਿਆਦਾ ਹੋ ਰਿਹਾ ਉਹਦੇ ਉੱਤੇ ਤੁਸੀਂ ਉਹ ਗੁਣਵੱਤਾ ਦੇ ਜਿਹੜੇ ਆਪਣੇ ਉਹ ਬਹੁਤ ਇੰਪੋਰਟੈਂਟ ਹੈ ਕਿ ਇਹ ਜਿਹੜੀਆਂ ਚੀਜ਼ਾਂ ਸਰਕਾਰ ਤੱਕ ਫੀਡਬੈਕ ਪਹੁੰਚਣੀ ਜ਼ਰੂਰੀ ਹੈ ਕਿਉਂਕਿ ਜਦੋਂ ਵੀ ਸਪੋਰਟਸ ਇੰਡਸਟਰੀ ਨੂੰ ਪ੍ਰਮੋਟ ਕਰਨ ਦੀ ਗੱਲ ਆ ਤਾਂ ਇਹ ਖਾਸ ਬਿੰਦੂ ਆ ਜਿਹਦੇ ਉੱਤੇ ਸਰਕਾਰਾਂ ਨੂੰ ਗੌਰ ਕਰਨ ਦੀ ਲੋੜ ਆ ਔਰ ਤਾਂ ਕਿ ਆਪਣੀ ਇੰਡਸਟਰੀ ਜਿਹੜੀ ਉਹ ਫਲਰਿਸ਼ ਹੋ ਸਕੇ ਬਲਕਿ ਪੂਰੀ ਦੁਨੀਆ ਵਿੱਚ ਜਿਹੜੇ ਸਾਡੇ ਪ੍ਰੋਡਕਟ ਜਿਹੜੇ ਖੇਡ ਪ੍ਰੋਡਕਟ ਜਿਹੜੇ ਉੱਜਾ ਸਕਣ ਸਿਰ ਪੰਜਾਬ ਦੇ ਵਿੱਚ ਸਪੋਰਟਸ ਨੂੰ ਵੀ ਅਗਰ ਦੇਖੇ ਤਾਂ ਦੋ ਤਰੀਕੇ ਨਾਲ ਅਸੀਂ ਵੰਡ ਸਕਦੇ ਹਾਂ ਰੂਰਲ ਔਰ ਅਰਬਨ ਸ਼ਹਿਰਾਂ ਵਿੱਚ ਗੇਮਾਂ ਕੁਝ ਹੋਰ ਤਰ੍ਹਾਂ ਦੀਆਂ ਜ਼ਿਆਦਾਤਰ ਪ੍ਰਚਲਿਤ ਹੈ ਚਾਹੇ ਉਹ ਕ੍ਰਿਕਟ ਹੈ ਚਾਹੇ ਫੁੱਟਬਾਲ ਹੈ ਚਾਹੇ ਪਿੰਡਾਂ ਵਿੱਚ ਕਬੱਡੀ ਜਾਂ ਇਹ ਜਿਹੜੇ ਅੰਤਰ ਹੈ ਇਹਨੂੰ ਅਸੀਂ ਕਿਦਾਂ ਸਪੋਰਟਸ ਪਰਸਨ ਤਿਆਰ ਕਰ ਸਕਦੇ ਹਾਂ ਓਵਰਆਲ ਤੁਸੀਂ ਕਿਦਾਂ ਸੋਚ ਰਹੇ ਇਹਨੂੰ ਕਰਨ ਵਾਸਤੇ ਮੇਨ ਹੋਂ ਹੈ ਤਾਂ ਇਹ ਹੈ ਕਿ ਸ਼ਹਿਰੀ ਗੇਮਾਂ ਥੋੜੀਆਂ ਲਗਤਰਾਂ ਦੀਆਂ ਪਿੰਡੂ ਗੇਮਾਂ ਥੋੜੀਆਂ ਲਗਤਰਾਂ ਦੀਆਂ ਅਸੀਂ ਪ੍ਰੋਮੋਸ਼ਨ ਦੀ ਜਦੋਂ ਗੱਲ ਸੋਚਦੇ ਹਾਂ ਤੇ ਜਦੋਂ ਅਸੀਂ ਸ਼ਹਿਰ ਦੀ ਸੋਚਦੇ ਹਾਂ ਤਾਂ ਹੁੰਦਾ ਜੀ ਇੱਕ ਮੈਰਾਥਨ ਕਰਾ ਲਈਏ 2 ਕਿਲੋਮੀਟਰ 5 ਕਿਲੋਮੀਟਰ ਦੀ ਘਰੇ ਇਸ ਕਰਾ ਦਈਏ ਸਾਰਿਆਂ ਨੂੰ ਜੋੜਨ ਵਾਸਤੇ ਜਦੋਂ ਅਸੀਂ ਆਹੀ ਚੀਜ਼ ਪਿੰਡੂ ਸੋਚਦੇ ਆ ਕਿ ਪਿੰਡ ਦੇ ਮੁੰਡਿਆਂ ਨੂੰ ਇਕੱਠੇ ਕਰਨਾ ਹੈ ਉੱਥੇ ਦਾ ਸਿੱਧਾ ਹੀ ਦਿਮਾਗ ਜਾਂਦਾ ਯਾਰ ਕਬੱਡੀ ਕਰਾ ਦਿਓ ਜਾਂ ਕੁਸ਼ਤੀ ਕਰਾ ਦਿਓ ਛਿੰਜ ਕਰਾ ਦਿਓ ਤਾਂ ਉੱਥੇ ਉਹਨਾਂ ਨੇ ਉਸ ਹਿਸਾਬ ਨਾਲ ਜੋੜਨਾ ਹੈ ਕਿਉਂਕਿ ਦੋਨਾਂ ਦੇ ਕਲਚਰ ਅਲੱਗ-ਅਲੱਗ ਨੇ ਚਾਹੇ ਅਸੀਂ ਪੰਜਾਬੀ ਹੈਗੇ ਸਾਰੇ ਲੇਕਿਨ ਇੱਕ ਸ਼ਹਿਰੀ ਕਲਚਰ ਜਿਹੜਾ ਬਣ ਗਿਆ ਇੱਕ ਸੋਫਿਸਟੀਕੇਟਿਡ ਆਪਣੇ ਆਪ ਨੂੰ ਜ਼ਿਆਦਾ ਸਮਝ ਰਹੇ ਨੇ ਉਹਦੇ ਵਿੱਚ ਸਿਰਫ ਕ੍ਰਿਕਟ ਗੇਮ ਜੈਂਟਲਮੈਨਸ ਗੇਮ ਹੋ ਗਈ ਇਹ ਹੌਕੀ ਹੋ ਗਈ ਥੋੜੀ ਬੋਤੀ ਮੈਰਾਥਨ ਕੁਸ਼ਤੀ ਮੈਰਾਥਨ ਹੋ ਗਈ ਦੌੜ ਦੂੜ ਹੋ ਗਈ ਇਹ ਹੋਵੇ ਜਦੋਂ ਅਸੀਂ ਪਿੰਡੂ ਗੇਮਾਂ ਵੱਲ ਜਾਂਦੇ ਰੂਰਲ ਗੇਮਾਂ ਵੱਲ ਜਾਂਦੇ ਆ ਤਾਂ ਉਹ ਥੋੜੀਆਂ ਜ਼ਮੀਨ ਨਾਲ ਜ਼ਿਆਦਾ ਜੁੜੀਆਂ ਹੋਈਆਂ ਸਾਡੀਆਂ ਟ੍ਰੈਡੀਸ਼ਨਲ ਗੇਮਾਂ ਜਿਹਦੇ ਵਿੱਚ ਘੱਟ ਖਰਚਾ ਜਿਹੜਾ ਉਹ ਸਾਨੂੰ ਬਿਲਕੁਲ ਬਾਜ਼ੀ ਕਿਤੇ ਵੀ ਉਹ ਖੱਡਾ ਪਟਿਆ ਆਪਣਾ ਦੀ ਉਹ ਕੁਸ਼ਤੀ ਉੱਥੇ ਸ਼ੁਰੂ ਕਰ ਦਿੱਤੀ ਛਿੰਜਾਂ ਜਿਹੜੀਆਂ ਅਸੀਂ ਹੁਣ ਸਾਡੇ ਛਿੰਝ ਮੇਲੇ ਵੀ ਸ਼ੁਰੂ ਹੋ ਜਾਣੇ ਉਧਰ ਪਿੰਡਾਂ ਵੱਲ ਤੇ ਐਦਾਂ ਹੀ ਕਬੱਡੀ ਮੇਲੇ ਲੱਗਦੇ ਆ ਕੋ ਖੇਮਾ ਹੈਗੀਆਂ ਆ ਤੇ ਵਾਲੀਬਾਲ ਆਈਕਲ ਉਧਰ ਬਹੁਤ ਪ੍ਰਚਲਿਤ ਹੈ ਪਿੰਡਾਂਵਾਲ ਤੇ ਖਰਚਾ ਘੱਟ ਲੇਕਿਨ ਐਂਟਰਟੇਨਮੈਂਟ ਬਿਲਕੁਲ ਉਦਾਂ ਹੀ ਪਿੰਡਾਂ ਵਿੱਚ ਇਸ ਵੇਲੇ ਦੇਖਿਆ ਜੇ ਤਾਂ ਹਰ ਪਿੰਡ 'ਚ ਤਕਰੀਬਨ ਇੱਕ ਇੱਕ ਛੋਟਾ ਛੋਟਾ ਸਟੇਡੀਅਮ ਸਾਨੂੰ ਦੇਖਣ ਨੂੰ ਮਿਲਦਾ ਇਨਫਰਾਸਟ੍ਰਕਚਰ ਬਣਾਉਣ ਦੀ ਸਰਕਾਰਾਂ ਵੱਲੋਂ ਵੀ ਸਪੋਰਟਸ ਕਲੱਬ ਵੱਲੋਂ ਵੀ ਪੰਚਾਇਤਾਂ ਵੱਲੋਂ ਕੋਸ਼ਿਸ਼ ਹੁੰਦੀ ਹੈ ਕੀ ਇਹਦਾ ਬਿਹਤਰ ਇਸਤੇਮਾਲ ਹੋ ਪਾਰਿਆ ਜਾਂ ਅਜੇ ਤੱਕ ਬਹੁਤ ਮੀਲ ਦਾ ਪੱਥਰ ਤੈਅ ਕਰਨਾ ਹਾਂ ਤੁਸੀਂ ਇੱਕ ਬਹੁਤ ਵਧੀਆ ਗੱਲ ਰੱਖੀ ਹੈ ਜੀ ਕਿ ਇਨਫਰਾਸਟ੍ਰਕਚਰ ਸਾਡੇ ਕੋਲ ਹੈ ਪੰਜਾਬ ਦੇ ਵਿੱਚ ਐ ਨਹੀਂ ਕਿ ਇਨਫਰਾਸਟ੍ਰਕਚਰ ਨਹੀਂ ਹੈਗਾ ਸਾਰੀਆਂ ਸਰਕਾਰਾਂ ਨੇ ਚਾਹੇ ਬਾਦਲ ਸਾਹਿਬ ਦੀ ਸਰਕਾਰ ਲਓ ਉਸ ਤੋਂ ਪਹਿਲਾਂ ਕਾਂਗਰਸ ਰਹੀ ਹੈ ਬਾਅਦ ਚ ਵੀ ਕਾਂਗਰਸ ਰਹੀ ਹੈ ਹੁਣ ਵਾਲੀ ਗਵਰਨਮੈਂਟ ਚਲੋ ਹੁਣ ਤਾਂ ਨਵੀਂ ਆਈ ਹੈ ਹਜੇ ਲੇਕਿਨ ਸਾਰੇ ਖੇਡਾਂ ਵੱਲ ਕੁਛ ਨਾ ਕੁਛ ਕਰਦੇ ਐ ਘਟੋ ਘਟ ਇਨਫਰਾਸਟ੍ਰਕਚਰ ਬਣਾਉਣ ਦੀ ਕੋਸ਼ਿਸ਼ ਕਰਦੇ ਐ ਲੇਕਿਨ ਉਹ ਇਨਫਰਾਸਟ੍ਰਕਚਰ ਨੂੰ ਅਸੀਂ ਯੂਜ਼ ਨਹੀਂ ਕਰਦੇ ਉਹ ਪਿਛਲੇ ਸਾਲ ਤੋਂ ਹੁਣ ਗਵਰਨਮੈਂਟ ਨੇ ਸ਼ੁਰੂ ਕੀਤਾ ਜਿਹੜਾ ਸਾਡਾ ਰਾਸ਼ਟਰੀ ਖੇਡ ਦੇ ਵਸੰਦਾ ਆ 29 ਅਗਸਤ ਨੂੰ ਉਹਦੇ ਆਸ-ਪਾਸੇ ਥੋੜੀਆਂ ਜੀਆਂ ਖੇਡਾਂ ਕਰਾ ਦਿੰਦੇ ਇੱਕ ਹਫ਼ਤੇ ਵਾਸਤੇ ਇੱਕ ਮਹੀਨੇ ਵਾਸਤੇ ਤੇ ਉਸ ਤੋਂ ਬਾਅਦ 11 ਮਹੀਨੇ ਜਾਂ 11.5 ਮਹੀਨੇ ਉਸ ਇਨਫਰਾਸਟ੍ਰਕਚਰ ਨੂੰ ਕੋਈ ਨਹੀਂ ਦੇਖਦਾ ਅਸੀਂ ਅਗਰ ਹੁਣ ਆਪਣੀ ਪਠਾਨਕੋਟ ਰੋਡ ਵੱਲ ਨੂੰ ਅਗਰ ਜਾ ਕੇ ਦੇਖੀਏ ਤੇ ਤੁਹਾਨੂੰ ਮੇਨ ਰੋਡ ਦੇ ਉੱਤੇ ਬਹੁਤ ਸਾਰੇ ਸਟੇਡੀਅਮ ਬਣੇ ਹੋਏ ਨਜ਼ਰ ਆਣਗੇ ਅਲੱਗ-ਅਲੱਗ ਪੰਚਾਇਤਾਂ ਦੇ ਅਲੱਗ-ਅਲੱਗ ਪਿੰਡਾਂ ਦੇ ਹੈਗੇ ਅਲੱਗ-ਅਲੱਗ ਪੰਚਾਇਤਾਂ ਦੇ ਆ ਔਰ ਉਹ ਬਿਲਕੁਲ ਵੀ ਮੇਨਟੇਨਡ ਨਹੀਂ ਹੈਗੇ ਉੱਥੇ ਇਸ ਵੇਲੇ ਤਾਂ ਬੂਟੀ ਬਹੁਤ ਉੱਗੀ ਹੋਣੀ ਹੈ ਝਾੜ ਬਹੁਤ ਉੱਗਿਆ ਹੋਣਾ ਹੈ ਤੇ ਉਹ ਬਿਲਕੁਲ ਵੀ ਮੇਨਟੇਨਡ ਨਹੀਂ ਹੈਗਾ ਅਸੀਂ ਤਾਂ ਸਗੋ ਐ ਪਲਾਨ ਕਰ ਰਹੇ ਹੈਗੇ ਆ ਕਿ ਜਿਹੜੇ ਐ ਇਦਾਂ ਦੇ ਸਟੇਡੀਅਮ ਹੈਗੇ ਆ ਜਿਹੜੀ ਯੂਟਿਲਾਈਜ਼ ਨਹੀਂ ਹੋ ਰਹੇ ਅਗਰ ਹੈ ਪੰਚਾਇਤਾਂ ਸਾਡੇ ਵਰਗੀ ਇੱਕ ਸੰਸਥਾ ਨੂੰ ਦੇ ਦਿੰਦੀਆਂ ਆ ਅਸੀਂ ਮੇਨਟੇਨ ਵੀ ਕਰਾਂਗੇ ਔਰ ਪਿੰਡ ਵਾਸਤੇ ਜਿਹੜੇ ਉਹਨਾਂ ਦੇ ਯੁਵਾ ਹੈਗੇ ਆ ਉਹਨਾਂ ਨੂੰ ਇੱਕ ਖੇਲ ਖੇਲਣ ਦੀ ਉੱਥੇ ਇੱਕ ਪੂਰੀ ਦੀ ਪੂਰੀ ਓਪਰਚ्युनिटी ਮਿਲੇਗੀ 12 ਦੇ 12 ਮਹੀਨੇ ਉਹ ਚੱਲਦਾ ਰਹੇਗਾ ਮੇਨਟੇਨ ਰਹੇਗਾ ਸਾਰਿਆਂ ਨੂੰ ਉੱਥੇ ਆ ਕੇ ਖੇਡਣ ਦਾ ਇੱਕ ਸਮਾਂ ਮਿਲੇਗਾ ਇੱਕ ਸਥਾਨ ਮਿਲੇਗਾ ਇੱਕ ਓਪਰਚ्युनिटी ਆਏਗੀ ਤਾਂ ਸਾਰੇ ਉੱਥੇ ਆਣਗੇ ਨਸ਼ਿਆਂ ਤੋਂ ਦੂਰ ਜਾਣਗੇ ਤੇ ਖੇਡਾਂ ਵੱਲ ਚੱਲਣਗੇ ਨਸ਼ਾ ਇੱਕ ਬਹੁਤ ਵੱਡਾ ਜਿਹੜਾ ਪੰਜਾਬ ਦੇ ਉੱਤੇ ਟੈਗ ਹੀ ਲੱਗ ਗਿਆ ਕਿ ਨੌਜਵਾਨੀ ਨਸ਼ੇ ਵੱਲ ਜਾ ਰਹੀ ਹੈ ਖੇਡਾਂ ਉਸ ਵਿੱਚ ਬਹੁਤ ਇੰਪੋਰਟੈਂਟ ਰੋਲ ਪਲੇ ਕਰ ਸਕਦੀਆਂ ਤਾਂ ਕਿ ਅਸੀਂ ਨੌਜਵਾਨਾਂ ਨੂੰ ਮੁੜ ਕੇ ਟਰੈਕ ਤੇ ਲੈ ਕੇ ਆਈਏ ਔਰ ਨਸ਼ਾ ਜਿਹੜਾ ਇਸ ਦੀ ਲਾਹਣ ਤੋਂ ਅਸੀਂ ਬਚਾ ਸਕੀਏ ਸੋ ਖੇਡ ਭਾਰਤੀ ਖੇਡ ਭਾਰਤੀ ਜਿਹੜੀ ਇਹਦੇ ਵਿੱਚ ਕੁਝ ਰੋਡ ਮੈਪ ਤੁਸੀਂ ਤਿਆਰ ਕਰਦੇ ਹੋ ਕਿ ਅਸੀਂ ਨਸ਼ੇ ਵਾਲੇ ਜਿਹੜੇ ਜੁਬਕ ਹੈਗੇ ਆ ਖਾਸ ਕਰਕੇ ਇਹਨਾਂ ਨੂੰ ਪ੍ਰਾਇੋਰਟੀ ਲੈਵਲ ਤੇ ਰੀਹੈਬਿਟੇਟ ਕਰਨਾ ਅਸੀਂ ਖੇਡਾਂ ਬਲ ਪ੍ਰਮੋਟ ਕਰਕੇ ਇਹਨਾਂ ਨੂੰ ਲੈ ਕੇ ਆਣਾ ਵਾਪਸ ਜੀ ਸਾਡਾ ਮੇਨ ਮੋਟਿਵ ਹੀ ਆਈ ਹੈ ਕਿ ਅਸੀਂ ਨਸ਼ੇ ਨੂੰ ਤਾਂ ਟੋਟਲੀ ਇੱਥੋਂ ਖਤਮ ਕਰਨਾ ਚਾਹੁੰਦੇ ਹੈਗੇ ਆ ਤੇ ਉਹਦੇ ਵਾਸਤੇ ਹੀ ਅਸੀਂ ਖੇਡ ਕੇਂਦਰ ਵੀ ਖੋਲ ਰਹੇ ਆ ਜਿੱਦਾਂ ਮੈਂ ਦੱਸਿਆ ਅੰਮ੍ਰਿਤਸਰ ਬਟਾਲੇਵਾਲ ਆਲਰੇਡੀ ਖੁੱਲ ਗਏ ਐ ਜਲੰਧਰ 'ਚ ਇੱਕ ਦੋ ਜਗ੍ਹਾ ਤੇ ਗੱਲ ਚੱਲ ਰਹੀ ਜਿੱਥੇ ਖੁੱਲਣੇ ਆ ਤੇ ਖੇਡ ਕੇਂਦਰ ਖੁੱਲਣਗੇ ਜਦੋਂ ਖੇਡ ਕੇਂਦਰ ਖੁੱਲਿਆ ਖਾਸ ਕਰ ਪਿੰਡਾਂ ਦੇ ਵਿੱਚ ਜਿੱਥੇ ਅਸੀਂ ਕਹਿੰਨੇ ਨਸ਼ਾ ਵੀ ਜ਼ਿਆਦਾ ਹੈਗਾ ਆ ਤੇ ਅਗਰ ਖੇਡ ਕੇਂਦਰ ਖੁੱਲੇਗਾ ਇੱਕ ਬੱਚਾ ਖੇਡ ਕੇਂਦਰ 'ਚ ਆ ਕੇ ਆਪਣਾ ਟਾਈਮ ਖੇਲਾਂ ਦੇ ਵਿੱਚ ਬਤੀਤ ਕਰਦਾ ਤਾਂ ਉਹਨੂੰ ਨਸ਼ੇ ਵੱਲ ਜਾਣ ਦਾ ਟਾਈਮ ਨਹੀਂ ਹੈਗਾ ਅਸੀਂ ਉਹਨੂੰ ਹੋਰ ਪ੍ਰਮੋਟ ਕਰ ਸਕਦੇ ਆ ਜਿੱਦਾਂ ਇੱਕ ਸਾਡਾ ਸੰਪਰਕ ਚੱਲ ਰਿਹਾ ਹੈਗਾ ਕਈ ਐਸੋਸੀਏਸ਼ਨਾਂ ਨਾਲ ਜਿਹੜੀਆਂ ਪੰਜਾਬ ਲੈਵਲ ਦੀਆਂ ਹੈ ਅਲੱਗ-ਅਲੱਗ ਸਪੋਰਟਸ ਦੀਆਂ ਐਸੋਸੀਏਸ਼ਨਾਂ ਹੈਗੀਆਂ ਆ ਕੋਈ ਕ੍ਰਿਕਟ ਦੀ ਐਸੋਸੀਏਸ਼ਨ ਹੈ ਵੋਲੀਬਾਲ ਐਸੋਸੀਏਸ਼ਨ ਹੈ ਹਾਕੀ ਦੀ ਅਲੱਗ ਐਸੋਸੀਏਸ਼ਨ ਹੈ ਅਲੱਗ-ਅਲੱਗ ਫੈਡਰੇਸ਼ਨਾਂ ਹੈਗੀਆਂ ਆ ਅਸੀਂ ਉਹਨਾਂ ਨਾਲ ਸੰਪਰਕ ਬਣਾ ਕੇ ਰੱਖਦੇ ਆ ਤੇ ਜਿਹੜਾ ਬੱਚਾ ਅਗਰ ਚੰਗਾ ਖੇਡਦਾ ਹੈ ਤੇ ਅਸੀਂ ਉਹਨੂੰ ਅੱਗੇ ਰეკਮੈਂਡ ਵੀ ਕਰਦੇ ਆ ਕਿ ਜੀ ਅੱਗੇ ਆਓ ਇਸ ਐਸੋਸੀਏਸ਼ਨ 'ਚ ਜਾਓ ਇਸ ਫੈਡਰੇਸ਼ਨ ਜਿਹਨਾਂ ਨੂੰ ਸਟੇਟ ਲੈਵਲ ਤੇ ਨੈਸ਼ਨਲ ਲੈਵਲ ਤੇ ਲੈ ਕੇ ਜਾਓ ਸਾਡੇ ਪੰਜਾਬ ਦੇ ਵਿੱਚ ਐਨਆਈਐਸ ਹੈਗਾ ਆ ਪਟਿਆਲਾ ਤੇ ਬੱਚਿਆਂ ਨੂੰ ਉੱਥੇ ਵੀ ਰეკਮੈਂਡ ਕਰੀਦਾ ਕਿ ਉੱਥੇ ਜਾਓ ਉੱਥੇ ਪੜ੍ਹਾਈ ਕਰਕੇ ਕੋਚ ਬਣ ਕੇ ਆਓ ਬਹੁਤ سارے ਪਲੇਟਫਾਰਮਸ ਹੈਗੇ ਔਰ ਕਈ ਵਾਰੀ ਹੁੰਦਾ ਕਿ ਬੱਚਿਆਂ ਨੂੰ ਪਤਾ ਨਹੀਂ ਹੁੰਦਾ ਔਰ ਖਾਸ ਕਰਕੇ ਪਿੰਡੂ ਲੈਵਲ ਉੱਤੇ ਜਿਹੜੇ ਬੱਚੇ ਖੇਡਦੇ ਆ ਔਰ ਕਈ ਵਾਰੀ ਉਹਨਾਂ ਨੂੰ ਕਿਸ ਲੈਵਲ ਤੇ ਅੱਗੇ ਜਾਣਾ ਉਸ ਜਾਣਕਾਰੀ ਮੁਹੱਈਆ ਕਰਨਾ ਕਿ ਖੇਡਾਂ ਭਾਰਤੀ ਇਹਦੇ ਵਿੱਚ ਬੜੀ ਅਹਿਮ ਭੂਮਿਕਾ ਜਿਹੜੀ ਹੈ ਨਿਭਾਉਂਦੀ ਸਰਪੰਚਾਇਤਾਂ ਕਿੰਨੀਆਂ ਕਿ ਸੰਵੇਦਨਸ਼ੀਲ ਤੁਸੀਂ ਦੇਖਦੇ ਕਿ ਐਡਾ ਪ੍ਰਤੀਕਾਸ਼ ਕਰਕੇ ਕਿ ਪਿੰਡਾਂ ਦੇ ਕਲੱਬ ਜਿਹੜੇ ਆ ਅਗਰ ਕੋਈ ਖੇਡ ਕਲੱਬ ਹੈਗਾ ਕਿੰਨੇ ਕੁ ਸੰਵੇਦਨਸ਼ੀਲ ਐ ਇਸ ਵੇਲੇ ਗੀਮਾਂ ਨੂੰ ਲੈ ਕੇ ਖਾਸ ਕਰਕੇ ਇਸ ਵੇਲੇ ਅਗਰ ਪ੍ਰੈਕਟੀਕਲੀ ਦੇਖਿਆ ਜਾਵੇ ਤਾਂ ਬਿਲਕੁਲ ਵੀ ਸੰਵੇਦਨਸ਼ੀਲ ਨਹੀਂ ਹੈਗੇ ਸਰਕਾਰੀ ਗ੍ਰਾਂਟਾਂ ਆ ਜਾਂਦੀਆਂ ਆ ਹਰ ਪੰਚਾਇਤ ਨੂੰ ਇੱਕ ਹਿਦਾਇਤ ਹੈਗੀ ਕਿ ਇੱਕ ਸ਼ੈੱਡ ਬਣਾ ਕੇ ਇੱਕ ਖੇਲ ਕੇਂਦਰ ਟਾਈਪ ਉੱਥੇ ਇੱਕ ਇਨਫਰਾਸਟ੍ਰਕਚਰ ਹੋਣਾ ਚਾਹੀਦਾ ਹੈ ਗ੍ਰਾਂਟ ਆਣੀ ਹੈ ਇਸ ਵਾਸਤੇ ਉਹ ਸ਼ੈੱਡ ਇੱਕ ਬਣ ਜਾਂਦਾ ਹੈ ਲੇਕਿਨ ਉਹ ਸ਼ੈੱਡ ਦੀ ਯੂਟਿਲਾਈਜੇਸ਼ਨ ਹੋ ਰਹੀ ਹੈ ਕਿ ਨਹੀਂ ਹੋ ਰਹੀ ਉਹ ਅੱਗੇ ਕੋਈ ਨਾ ਤਾਂ ਕੋਈ ਸਰਕਾਰ ਰਿਪੋਰਟ ਮੰਗਦੀ ਹੈ ਤਾਂ ਨਾ ਕੋਈ ਪੰਚਾਇਤ ਉਹ ਰਿਪੋਰਟ ਭੇਜਦੀ ਹੈ ਤੇ ਅਗਰ ਉਸ ਹਾਲਾਤ ਦੇਖਿਆ ਜਾਵੇ ਤਾਂ ਕੋਈ ਪੰਚਾਇਤ ਦਾ ਕੋਈ ਉਹ ਨਹੀਂ ਦੇਖਦਾ ਪੀ ਦੀ ਖੇਲਾਂ ਵਿੱਚ ਕੀ ਹੋ ਰਿਹਾ ਹੈ ਅਗਰ ਉਹ ਦੇਖਦੇ ਤਾਂ ਪਹਿਲਾਂ ਤਾਂ ਬੱਚਿਆਂ ਨੇ ਨਸ਼ਿਆਂ ਵੱਲ ਜਾਣਾ ਹੀ ਨਹੀਂ ਸੀ ਸਾਡਾ ਜਿਹੜਾ ਹੁਣ ਸਟੰਟ ਰਹਿ ਗਿਆ ਸਿਰਫ ਇੱਕ ਪੋਲਿਟਿਕਲ ਸਟੰਟ ਰਹਿ ਗਏ ਨੇ ਚਾਹੇ ਪੰਚਾਇਤਾਂ ਆ ਚਾਹੇ ਸਰਕਾਰਾਂ ਆ ਉਹ ਸਿਰਫ ਜਦੋਂ ਇਲੈਕਸ਼ਨ ਆਉਂਦੇ ਆ ਚੋਣ ਆਉਂਦੇ ਉਹਦੇ ਅੱਗੇ ਪਿੱਛੇ ਆ ਕੇ ਇੱਕਦਮ ਜੀ ਜਿਮ ਬਣਾ ਦਿਓ ਜੀ ਉਹ ਜਿਮ ਦੇ ਵਿੱਚ ਸਮਾਹਨ ਦਿਖਵਾ ਦਿਓ ਦੀ ਕਿੱਟਾਂ ਦੇ ਦਿਓ ਜੀ ਹੋਰ 11 ਮਹੀਨੇ ਕੋਈ ਨਹੀਂ ਦੇਖਦਾ ਇਹ ਸੰਵੇਦਨਸ਼ੀਲ ਮੁੱਦਾ ਹੈ ਕਿ ਇਲੈਕਸ਼ਨ ਦੇ ਨੇੜੇ ਤੇ ਜਿਹੜੇ ਅਸੀਂ ਕਈ ਵਾਰੀ ਗੇਮਾਂ ਨੂੰ ਵੀ ਇਸ ਤਰੀਕੇ ਦੇ ਨਾਲ ਇਸਤੇਮਾਲ ਕਰਦੇ ਸਰ ਖੇਡ ਭਾਰਤੀ ਦਾ ਫਿਊਚਰ ਵਿਜ਼ਨ ਕੀ ਹੈਗਾ ਔਰ ਕੀ ਮੈਸੇਜ ਤੁਸੀਂ ਸਾਡੇ ਦਰਸ਼ਕਾਂ ਨੂੰ ਦੇਣਾ ਚਾਹੋਗੇ ਤਾਂ ਕਿ ਬਿਹਤਰੀਨ ਪੰਜਾਬ ਜਿਹੜਾ ਹੈ ਉਹ ਖੇਡਾਂ ਵਿੱਚ ਸਾਨੂੰ ਉੱਪਰ ਕੇ ਸਾਹਮਣੇ ਨਜ਼ਰ ਆਂਦਾ ਨਜ਼ਰ ਆਏ ਜੀ ਖੇਡ ਭਾਰਤੀ ਦਾ ਜਿਹੜਾ ਵਿਜ਼ਨ ਹੈਗਾ ਆ ਉਹ ਮੇਨ ਤਾਂ ਹੈਗਾ ਆ ਅਸੀਂ ਖੇਡ ਕੇਂਦਰ ਖੋਲਨੇ ਆ ਪੰਜਾਬ ਦੇ ਵਿੱਚ 23 ਜ਼ਿਲ੍ਹੇ ਹੈਗੇ ਆ 23 ਜ਼ਿਲ੍ਹਿਆਂ ਦੇ ਵਿੱਚ ਸਾਡਾ ਏਮ ਹੈਗਾ ਕਿ ਅਸੀਂ 2025 ਤੱਕ ਘਟੋ ਘਟ 100 ਇਥੇ ਖੇਡ ਕੇਂਦਰ ਖੋਲਣਾ ਹੈ ਸੋਧਾ ਮਤਲਬ ਹੈਗਾ ਕਿ ਹਰ ਜ਼ਿਲ੍ਹੇ ਦੇ ਵਿੱਚ ਘੱਟੋ ਘੱਟ ਨਹੀਂ ਤੇ ਚਾਰ ਖੇਰ ਖੇਲਦਰ ਹੋਣਗੇ। ਅਲੱਗ-ਅਲੱਗ ਗੇਮਾਂ ਦੇ ਵੀ ਹੋ ਸਕਦੇ ਆ ਇੱਕ ਕੰਬਾਈਨਡ ਵੀ ਹੋ ਸਕਦਾ ਹੈ। ਜਗ੍ਹਾ ਦੇ ਹਿਸਾਬ ਨਾਲ ਕਿ ਕਿੱਦਾਂ ਦਾ ਹੈਗਾ ਆ ਤੇ ਵਿਜ਼ਨ ਤਾਂ ਸਾਰੀ ਇਦਾਂ ਦੀ ਹੀ ਹੈ ਕਿ ਅਸੀਂ ਖੇਡਾਂ ਨੂੰ ਕਿੱਦਾਂ ਪ੍ਰਮੋਟ ਕਰਨਾ ਹੈ। ਬਾਕੀ ਖੇਲ ਦੇ ਮੇਲੇ ਵੀ ਹੈਗੇ ਆ, ਖੇਡ ਮੇਲੇ ਵੀ ਹੈਗੇ ਆ, ਆਪਣੇ ਪਿੰਡੂ ਖੇਡ ਮੇਲੇ ਵੀ ਹੋ ਜਾਂਦੇ ਆ। ਆਪਣੇ ਸ਼ਹਿਰਾਂ ਦੇ ਵਿੱਚ ਜਿੱਦਾਂ ਕਿ ਮੈਰਾਥਨਸ ਹੈਗੀਆਂ ਆ। ਕਿ ਅਲੱਗ-ਅਲੱਗ ਜਗ੍ਹਾ ਤੇ ਅਸੀਂ ਜਾ ਕੇ ਅਲੱਗ-ਅਲੱਗ ਯੁਵਾ ਨੂੰ ਅਲੱਗ-ਅਲੱਗ ਸਿਟੀਜ਼ਨ ਨੂੰ ਕਿੱਦਾਂ ਜੋੜਨਾ ਹੈ ਮੈਂ ਅਸੀਂ ਜਦੋਂ ਥੋੜੀ ਦੇਰ ਪਹਿਲਾਂ ਅਸੀਂ ਬੈਠੇ ਸੀਗੇ ਤਾਂ ਤੁਹਾਨੂੰ ਮੈਂ ਦੱਸਿਆ ਸੀਗਾ ਕਿ ਜਿਹੜੀਆਂ ਫੈਡਰੇਸ਼ਨਜ਼ ਔਰ ਐਸੋਸੀਏਸ਼ਨਜ਼ ਹੈ ਉਹ ਸਿਰਫ ਪ੍ਰੋਫੈਸ਼ਨਲ 플레이ਜ਼ ਨਾਲ ਡੀਲ ਕਰਦੀਆਂ ਸਿਰਫ ਉਹਨਾਂ ਨੂੰ ਪ੍ਰਮੋਟ ਕਰਦੀਆਂ ਉਹਨਾਂ ਦੀ ਟੇਕ ਕੇਅਰ ਕਰਦੀਆਂ ਤੇ ਪੂਰੇ ਹਿੰਦੁਸਤਾਨ ਦੇ ਵਿੱਚ ਇਸ ਵੇਲੇ ਕਿੰਨੇ ਖਿਡਾਰੀ ਹੋਣਗੇ ਅਗਰ ਅਸੀਂ 50 ਗੇਮਾਂ ਵੀ ਲਾ ਲਈਏ ਪੂਰੇ ਹਿੰਦੁਸਤਾਨ 'ਚ ਹੈ 50 ਗੇਮਾਂ ਦੇ ਵਿੱਚ ਅਗਰ ਲੱਖ-ਲੱਖ ਬੱਚਾ ਵੀ ਹਰ ਗੇਮ ਦੇ ਵਿੱਚ ਹੋਏਗਾ ਜਿਹੜਾ ਪ੍ਰੋਫੈਸ਼ਨਲ ਹੈ ਤਾਂ ਟੋਟਲ 50 ਲੱਖ ਬੱਚਾ ਹੋਇਆ ਤੇ ਹਿੰਦੁਸਤਾਨ ਦੀ ਆਬਾਦੀ ਤਾਂ ਹੈਗੀ ਜੀ 140 ਕਰੋੜ ਤੇ ਜਿਹੜੇ ਬਾਕੀ 139 ਕਰੋੜ 50 ਲੱਖ ਉਹਨਾਂ ਵਾਸਤੇ ਕੀ ਹੈ ਉਹਨਾਂ ਵਾਸਤੇ ਕੋਈ ਕੁਝ ਨਹੀਂ ਦੇਖਦਾ ਸਿਰਫ ਫੈਡਰੇਸ਼ਨਸ ਦੇਖਦੀਆਂ ਉਹ ਆਪਣੇ 50 ਲੱਖ ਉਹਨਾਂ ਬੱਚਿਆਂ ਵਾਸਤੇ ਇਹ ਇੱਕ ਬੜੀ ਰਫ ਜਿਹੀ ਵੈਸੀ ਫਿਗਰ ਦਸੀ 50 ਲੱਖ ਅਦਰਵਾਇ 50 ਲੱਖ ਵੀ ਨਹੀਂ ਹੋਣਾ ਜਿਹੜੀ ਖੇਡ ਭਾਰਤੀ ਦਾ ਕੰਮ ਹੈ ক্রীੜਾ ਭਾਰਤੀ ਦਾ 올 ਇੰਡੀਆ ਕੰਮ ਹੈਗਾ ਆ ਉਹ ਹੈਗਾ ਆ ਉਹ 50 ਲੱਖ ਨੂੰ ਤਾਂ ਦੇਖਣਾ ਹੀ ਦੇਖਣਾ ਹੈ ਕਿਉਂਕਿ ਉਹ ਸਾਡਾ ਉਧਾ ਹੀ ਉਬਰਦੇ ਹੋਏ ਸtare ਹੈਗੇ ਆ ਜੀ ਲੇਕਿਨ ਸਾਨੂੰ ਸtare ਜਿਹੜੇ 139 ਲੱਖ 50 139 ਕਰੋੜ 50 ਲੱਖ ਜਿਹੜੇ ਹੈਗੇ ਉਹਨਾਂ ਚੋਂ ਵੀ ਮਿਲਨੇ ਆ ਤਾਂ ਇਸ ਵਾਸਤੇ ਅਸੀਂ ਪੂਰੇ 140 ਕਰੋੜ ਨੂੰ ਅੱਗੇ ਲੈ ਕੇ ਚੱਲਣਾ ਹੈ ਅਸੀਂ ਸਿਰਫ ਉਸ 50 ਲੱਖ ਨੂੰ ਲੈ ਕੇ ਨਹੀਂ ਚੱਲਣਾ ਸੋ ਹਰ ਭਾਰਤੀ ਜਿਹੜਾ ਹੈ ਉਸ ਨੂੰ ਖੇਡ ਦੇ ਵਿੱਚ ਇੱਕ ਬਿਹਤਰ ਪਲੇਟਫਾਰਮ ਜਿਹੜਾ ਮਿਲ ਸਕੇ ਖੇਡਾਂ ਵਿੱਚ ਹਰ ਭਾਰਤੀ ਆਪਣਾ ਕੌਂਟਰੀਬਿਊਟ ਕਰ ਸਕੇ ਕੈਰੈਕਟਰ ਬਿਲਡਿੰਗ 'ਚ ਕੌਂਟਰੀਬਿਊਟ ਕਰ ਸਕੇ ਨਸ਼ਿਆਂ ਤੋਂ ਦੂਰ ਰਹੇ ਸਵਸਥ ਭਾਰਤ ਜਿਹੜਾ ਹੈ ਜੇਕਰ ਨੌਜਵਾਨ ਜਿਹੜਾ ਉਹ ਗੇਮਾਂ ਬਜਾਏਗਾ ਤਾਂ ਸਵਸਥ ਵੀ ਹੋਏਗਾ ਸੋ ਸਾਰਾ ਕੁਝ ਇਹ ਸਵੈ ਲੰਬੀ ਭਾਰਤ ਜਿਹਨੂੰ ਅਸੀਂ ਕਹਿੰਦੇ ਆ ਉਸ ਦਾ ਹੀ 파ਟ ਹੈਗਾ ਔਰ ਉਸ ਵਿੱਚ ਇਹ ਜਿਹੜਾ ਖੇਡਾ ਭਾਰਤੀ ਪੰਜਾਬ ਬਹੁਤ ਅਹਿਮ ਭੂਮਿਕਾ ਨਿਭਾਰਿਆ ਸੋ ਉਹਨਾਂ ਦੇ ਅਧਿਐਕਸ਼ ਅਰਵਿੰਦ ਸਿੰਘਰਾਣਾ ਜੀ ਦੇ ਨਾਲ ਅਸੀਂ ਗੱਲਬਾਤ ਕੀਤੀ ਔਰ ਬਹੁਤ ਸਾਰੀ ਜਾਣਕਾਰੀ ਜਿਹੜੀ ਕ੍ਰੀਡਾ ਭਾਰਤੀ ਪੰਜਾਬ ਦੇ ਬਾਰੇ ਸਾਨੂੰ ਇਹਨਾਂ ਦੇ ਕੰਮਾਂ ਬਾਰੇ ਪਤਾ ਲੱਗਿਆ ਆਸ ਕਰਦੇ ਹਾਂ ਕਿ ਦਰਸ਼ਕ ਵੀ ਜਿਹੜੇ ਇਸ ਜਾਣਕਾਰੀ ਦਾ ਭਰਪੂਰ ਲਾਭ ਉਠਾਣਗੇ ਔਰ ਜਿਹੜਾ ਖੇਡ ਕੌਂਟੈਸਟ ਜਿਹੜਾ 3 ਸਤੰਬਰ ਨੂੰ ਹੋ ਰਿਹਾ ਜਦੀ ਜਾਣਕਾਰੀ ਸਾਡੇ ਸਕਰੀਨ ਦੇ ਉੱਤੇ ਵੀ ਫਲੈਸ਼ ਕੀਤੀ ਅਸੀਂ ਇਸ ਵੈਬਸਾਈਟ ਤੇ ਜਾ ਕੇ ਉਹ ਜ਼ਰੂਰ ਆਪਣੇ ਨੂੰ انرੋਲ ਵੀ ਕਰਨਗੇ ਔਰ ਇਸ ਕੰਟੈਸਟ 파ਰਟਿਸਪੇਟ ਵੀ ਕਰਨਗੇ ਔਰ ਗੇਮਾਂ ਵਿੱਚ ਆਪਣਾ ਨਾਮ ਰੌਸ਼ਨ ਕਰਨਗੇ ਸਾਡੇ ਨਾਲ ਗੱਲਬਾਤ ਕਰਨ ਲਈ ਬਹੁਤ-ਬਹੁਤ ਸ਼ੁਕਰੀਆ ਧੰਨ ਬਹੁਤ-ਬਹੁਤ ਸ਼ੁਕਰੀਆ ਸੰਦੀਪ ਜੀ ਮੌਕਾ ਦੇਣ ਲਈ ਬਹੁਤ-ਬਹੁਤ ਸ਼ੁਕਰੀਆ